ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਸਵਰਾਜ ਲੈ ਕੇ 855 FE ਇਹ ਟਰੈਕਟਰ ਪਕੇਊਗਾ। ਇਹ ਟਰੈਕਟਰ ਹੈਗਾ 2008 ਮਾਡਲ ਆ, ਪੰਜਾਬ ਨੰਬਰ ਆ। ਬਾਕੀ ਟਰੈਕਟਰ ਦੀ ਕੰਡੀਸ਼ਨ ਇਹਦੀ ਤੁਹਾਨੂੰ ਵਿਖਾ ਦਿੰਦੇ ਹਾਂ, 8 ਮਾਡਲ ਆ ਜੀ। ਬਾਕੀ ਸੋ ਵੇਖ ਸਕਦੇ ਹੋ, ਉਹਨੂੰ ਹਿੱਸਾ ਵੇਖ ਸਕਦੇ ਜੀ। ਕਲੋਸਕਾਰ ਇੰਜਣ ਹੈਗਾ, ਬਾਕੀ ਮੂਹਰਲੇ ਰਿੰਬ ਉੱਤੇ ਟਾਇਰ ਵੇਖ ਸਕਦੇ ਹੋ। ਰਿੰਮਾਂ ਦਾ ਟਰੈਕਟਰ ਹੈ ਜਿਹੜਾ, ਪੂਰਾ ਸਾਫ਼ ਪਿਆ ਹੈਗਾ। ਇੰਜਨ ਵੇਖ ਸਕਦੇ ਹੋ, ਬਾਡੀ ਲਾਈਨ ਦਾ ਟਰੈਕਟਰ ਹੈ ਤਾਂ ਪੂਰਾ ਸਾਫ਼ ਪਿਆ ਜੀ। ਪਾਇਦਾਨ ਵੇਖ ਸਕਦੇ ਹੋ, ਗੇਅਰ ਬਾਕਸ ਲਿਫਟ ਅਪ ਆ, ਬਾਕੀ ਡੈਕ ਨਾਲ ਲੱਗਿਆ ਹੋਇਆ ਜੀ। ਵਿੱਚ ਹੀ ਆ ਸਮੇਤ ਆ ਡੈਕ ਦੇ। ਉਸ ਤੋਂ ਬਾਅਦ ਮੀਟਰ ਵੇਖ ਸਕਦੇ ਹੋ, ਬਾਕੀ ਉੱਤਰੋਂ ਉੱਪਰੋਂ ਰੰਗ ਵੇਖ ਸਕਦੇ ਜੀ। ਪੂਰਾ ਸਾਫ਼ ਟਰੈਕਟਰ ਪਿਆ ਹੈਗਾ। ਪਿਛਲੇ ਟਾਇਰ ਜਿਹੜੇ ਗੁੜੀਅਰ ਦੇ ਨੇ, 12 ply ਦੇ। ਬਾਕੀ ਰਿੰਮ ਵੇਖ ਸਕਦੇ ਹੋ, ਰਿੰਮਾਂ ਦਾ ਟਰੈਕਟਰ ਆ ਜਿਹੜਾ, ਪੂਰਾ ਸਾਫ਼ ਪਿਆ ਹੈਗਾ। ਵਿੱਚੋਂ ਮਗਰਾਟ ਵੇਖ ਸਕਦੇ ਜੀ। ਉੱਪਰੋਂ ਵੇਖ ਸਕਦੇ ਹੋ ਮਗਰਾਟ। ਬਾਕੀ ਲਿੰਕਾਂ ਵੇਖ ਸਕਦੇ ਹੋ, ਲਿੰਕਾਂ ਦਾ ਟਰੈਕਟਰ ਜਿਹੜਾ ਪੂਰਾ ਸਾਫ਼ ਆ। ਕੀ ਰੀ ਹੈਗਾ ਹੈਂ? ਬਾਕੀ ਟਰੈਕਟਰ ਜਿਹੜਾ ਪੂਰਾ ਸਾਫ਼ ਪਿਆ ਹੈਗਾ। ਵਿੱਚੋਂ ਮਗਰਾਟ ਵੇਖ ਸਕਦੇ ਹੋ, ਦੂਸਰੀ ਸਾਈਡ ਦੇ ਗੁੜੀਅਰ ਦੇ ਟਾਇਰ ਆ ਟਰੈਕਟਰ ਦੇ। ਰਿੰਮ ਵੇਖ ਸਕਦੇ ਹੋ। ਇਸ ਟਰੈਕਟਰ ਦੀ ਡਿਮਾਂਡ ਆ ਜਿਹੜੀ, 3,45,000 ਰੁਪਇਆ ਡਿਮਾਂਡ ਰੱਖੀ ਹੈ ਇਸ ਟਰੈਕਟਰ ਦੀ। 8 ਮਾਡਲ ਆ, ਪੰਜਾਬ ਨੰਬਰ ਆ ਜੀ। ਪਹਿਲੇ ਨੌ ਹੀ ਆ ਜੀ? ਪਹਿਲੇ ਨੌ ਆ, ਪੰਜਾਬ ਨੰਬਰ ਆ। ਬਾਕੀ ਟਰੈਕਟਰ ਜਿਹੜਾ ਬਾਡੀ ਲਾਈਨ ਦਾ ਪੂਰਾ ਸਾਫ਼ ਆ, ਨਵੀਂ ਬੈਂਟਰੀ ਆ। ਮਾੜਾ ਸਟਾਰਟ ਕਰੋਗੇ? ਸਟਾਰਟ ਕਰ ਦਿਓ ਮਾੜਾ ਜਿਹਾ। ਬੈਟਰੀ ਦਿਵਾਲੇ 3,45,000 ਰੁਪਇਆ ਰੱਖਿਆ ਗਿਆ। ਬਾਕੀ ਤੁਸੀਂ ਮੌਕੇ 'ਤੇ ਐਡਜਸਟਮੈਂਟ ਕਰ ਸਕਦੇ ਹੋ ਜੀ। ਧੰਨਵਾਦ ਦੋਸਤੋ, ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਪਹਿਲਾਂ ਵੇਖ ਸਕੋ। ਧੰਨਵਾਦ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।